ਕਿਉਂਕਿ ਜੇ ਸੋਧਾਂ ਕਰਦੀਆਂ ਤਾਂ ਸਾਰਾ ਜਿਹੜਾ ਆਰਡੀਨੈਂਸ ਹੈਗਾ ਉਹ ਕਿਸਾਨ ਪੱਕੀ ਹੋ ਜਾਣਾ। ਇਸ ਕਰਕੇ ਕਿਸਾਨ ਸਰਕਾਰ ਕੋਲ ਫਿਰ ਕੀ ਉਹਨਾਂ ਕਾਰਪੋਰੇਟਰ ਨੂੰ ਦੇਣ ਵਾਸਤੇ ਤਾਂ ਕੁਝ ਹੈ ਨਹੀਂ। ਇਸ ਕੇਸ ਤੋਂ ਵਧੀਆ ਇਹੀ ਹੈ ਕਿ ਉਹ ਰੱਦ ਕਰਕੇ ਇਸ ਨੂੰ ਜਿਹੜਾ ਅੰਦੋਲਨ ਨੂੰ ਖਤਮ ਕਰਨ। ਇਹੀ ਹੌਸਲਾ ਹੈ ਜਿਹੜਾ ਸਾਨੂੰ ਕਿਸਾਨਾਂ ਨੂੰ ਇਹੀ ਹੌਸਲਾ ਹੈ ਕਿ ਇਹ ਸਾਡਾ ਪੰਜਾਬ ਤੋਂ ਚੱਲ ਕੇ ਹਰਿਆਣਾ ਨਹੀਂ ਸਾਰਾ ਸਮੁੱਚਾ ਭਾਰਤ ਨਹੀਂ ਵੱਢ ਦਾ ਇੱਕ ਜਿਹੜਾ ਇੱਕ ਸੰਘਰਸ਼ ਬਣ ਗਿਆ ਹੈ। ਸਮੁੱਚਾ ਵੱਢ ਜਿਹੜਾ ਸਾਡੇ ਨਾਲ ਲੱਗ ਗਿਆ। ਇਸ ਕਰਕੇ ਸਾਨੂੰ ਉਮੀਦ ਨਹੀਂ ਆ, ਸਾਡਾ ਪੱਕੇ ਤੌਰ 'ਤੇ ਅਸੀਂ ਯਕੀਨ ਆ ਕਹਿ ਸਕਦੇ ਹਾਂ ਕਿ ਅਸੀਂ ਸੰਘਰਸ਼ ਜਿੱਤ ਕੇ ਇੱਥੋਂ ਜਾਵਾਂਗੇ। ਸਰਕਾਰ ਨੂੰ ਇਹੀ ਚਾਹੀਦਾ ਹੈ ਕਿ ਉਹ ਜਲਦੀ ਇਸ ਨੂੰ ਸਮਾਪਤ ਕਰ ਦੇਣ, ਨਹੀਂ ਤਾਂ ਅਦਰਵਾਈਜ਼ ਪਿੱਛੋਂ ਜਿਹੜੇ ਲੋਕ ਹੈ ਉਹ ਹੜ੍ਹ ਲੋਕਾਂ ਦਾ ਬਹੁਤ ਆ ਰਿਹਾ, ਸੰਘਰਸ਼ ਇਸ ਤੋਂ ਵੱਡਾ ਹੋਵੇਗਾ ਤਾਂ ਇਹਨਾਂ ਦੀ ਮਜਬੂਰੀ ਬਣ ਜਾਣੀ ਅਖੀਰ ਨੂੰ। ਸੋ ਸੰਘਰਸ਼ ਐਡਾ ਵੱਡਾ ਹੋਵੇ ਕਿ ਸੰਭਾਲਣਾ ਮੁਸ਼ਕਲ ਹੋ ਜਾਵੇ। ਸਰਕਾਰ ਨੂੰ ਚਾਹੀਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਹਨੂੰ ਕਿਤੇ ਸਿਰੇ ਲਾ ਦੇਣਾ ਚਾਹੀਦਾ। ਦੇਖੋ ਜਿੱਥੋਂ ਤੱਕ ਸੋਧਾਂ ਦਾ ਸਵਾਲ ਹੈ, ਜੇ ਸਾਡੀਆਂ ਜਥੇਬੰਦੀਆਂ ਜੋ ਵੀ ਪੁਆਇੰਟ ਕਿਸਾਨ ਦੇ ਵਿਰੁੱਧ ਹੈ ਉਹ ਸਾਰੇ ਪੁਆਇੰਟਾਂ 'ਤੇ ਡਿਸਕਸ ਕਰਕੇ ਇਹਨਾਂ ਨੂੰ ਸੋਧਾਂ ਬਾਰੇ ਦੱਸਦਾ ਹੈ। ਉਹ 26-27 ਸੋਧਾਂ ਨੇ ਦੱਸੀਆਂ। ਜੇ ਸੋਧਾਂ ਦੇ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਫਿਰ ਕਾਰਪੋਰੇਟਰ ਵਾਸਤੇ ਕੁਝ ਨਹੀਂ ਰਹਿ ਜਾਂਦਾ ਅਤੇ ਉਸ ਤੋਂ ਬਾਅਦ ਉਹਦਾ ਇਹੀ ਹੱਲ ਵਧੀਆ ਹੈ ਕਿ ਉਸ ਨੂੰ ਰੱਦ ਹੀ ਕਰ ਦੇਣ। ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦੇ ਵਿੱਚ ਇਸ ਉਤਸ਼ਾਹ ਬਣ ਗਿਆ, ਜਦੋਂ ਤੁਰੇ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਆ ਗਿਆ। ਆਵਾਜ਼ਾਂ ਦਿੱਤੀਆਂ ਜਾ ਰਹੀਆਂ, ਲਗਾਤਾਰ ਲਿਸਟਾਂ ਬਣਾਈਆਂ ਜਾ ਰਹੀਆਂ ਔਰ ਜਥੇ ਜਿਹੜੇ ਹੈਗੇ ਪਿੱਛੋਂ ਉਹ ਤੁਰ ਰਹੇ ਹੈਗੇ ਆ। ਕੋਈ ਪ੍ਰੋਬਲਮ ਜੋ ਇੱਥੇ ਲੋਕ ਬੈਠੇ ਆ ਉਹਨਾਂ ਦੇ ਜੋ ਪਿਛਲਾ ਖੇਤ ਹੈਗੇ ਜਾਂ ਕੰਮ ਕਾਰ ਹੈਗੇ ਆ ਉਹ ਫੋਨ 'ਤੇ ਪੁੱਛ ਕੇ ਉਹਨਾਂ ਤੋਂ ਸੰਭਾਲੇ ਜਾ ਰਹੇ ਆ। ਉਸ ਇੱਥੋਂ ਵਾਲੇ ਜੋ ਲੋਕ ਹੈਗੇ ਆ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਹੈ, ਪੱਕੇ ਤੌਰ 'ਤੇ ਜੰਮੇ ਰਹਿਣਗੇ। ਸੋ ਜਦ ਤੱਕ ਸੰਘਰਸ਼ ਚੱਲੇਗਾ ਕੋਈ ਮੇਰਾ ਨਾ ਵੀ ਇਹ ਘਟਣ ਵਾਲਾ ਕੰਮ ਨਹੀਂ, ਇਹ ਵਧੇਗਾ ਹੀ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਜੇਕਰ ਗੱਲ ਕਰੀਏ ਤਾਂ ਜਿਹੜਾ ਦਿੱਲੀ ਦੇ ਵਿੱਚ ਹੈ, ਅੱਜ 8ਵਾਂ ਦਿਨ ਹੋ ਗਿਆ ਕਿਸਾਨਾਂ ਨੂੰ, ਜਿਹੜੇ ਕਿਸਾਨ ਡਟੇ ਹੋਏ ਹੈ ਆਪਦੀਆਂ ਮੰਗਾਂ ਨੂੰ ਲੈ ਕੇ। ਦੂਜੇ ਪਾਸੇ ਜਿਹੜੀ ਕੇਂਦਰ ਸਰਕਾਰ ਦੇ ਨਾਲ, ਕੇਂਦਰ ਸਰਕਾਰ ਦੇ ਨੁਮਾਇੰਦੇ ਨਾਲ ਜੋ ਮੀਟਿੰਗਾਂ ਚੱਲ ਰਹੀਆਂ, ਅੱਜ ਚੌਥੀ ਮੀਟਿੰਗ ਹੈ, ਕੀ ਮੀਟਿੰਗ ਦਾ ਜਿਹੜੀਆਂ ਕਿਆ ਸਰਕਾਰ ਰਹੀਆਂ ਜਿਹੜੀਆਂ ਲਗਾਈਆਂ ਜਾ ਰਹੀਆਂ। ਸਾਡੇ ਨਾਲ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਬਿੰਦਰ ਸਿੰਘ ਗੋਲੇਵਾਲਾ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਿੰਦਰ ਜੀ, ਕੀ ਲੱਗਦਾ ਅੱਜ ਜਿਹੜੀ ਚੌਥੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ, ਲੱਗਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਕਿਸਾਨਾਂ ਦਾ ਜਿਹੜਾ ਵੱਡਾ ਅੰਦੋਲਨ ਹੈ, ਕਿਉਂਕਿ ਜਿਹੜਾ ਪੰਜਾਬ ਦੇ ਵਿੱਚੋਂ ਇਹ ਜਿਹੜਾ ਚੱਲਿਆ ਸੀਗਾ ਚੰਗਿਆੜੀ ਬਣ ਕੇ, ਇੱਥੇ ਹੁਣ ਭਾਂਬੜ ਬਣ ਕੇ ਜਿਹੜਾ ਉਹ ਚੱਲ ਰਿਹਾ, ਲੱਗਦਾ ਇਹ ਜਿਹੜਾ ਕਿਤੇ ਨਾ ਕਿਤੇ ਸਮਾਪਤ ਹੋਵੇਗਾ। ਦੇਖੋ ਇਹੀ ਹੌਸਲਾ ਹੈ ਜਿਹੜਾ ਸਾਨੂੰ ਕਿਸਾਨਾਂ ਨੂੰ ਇਹੀ ਹੌਸਲਾ ਹੈ ਕਿ ਇਹ ਸਾਡਾ ਪੰਜਾਬ ਤੋਂ ਚੱਲ ਕੇ ਹਰਿਆਣਾ ਨਹੀਂ ਸਾਰਾ ਸਮੁੱਚਾ ਭਾਰਤ ਨਹੀਂ ਵੱਢ ਦਾ ਇੱਕ ਜਿਹੜਾ ਇੱਕ ਸੰਘਰਸ਼ ਬਣ ਗਿਆ ਹੈ। ਸਮੁੱਚਾ ਵੱਢ ਜਿਹੜਾ ਸਾਡੇ ਨਾਲ ਲੱਗ ਗਿਆ। ਇਸ ਕਰਕੇ ਸਾਨੂੰ ਉਮੀਦ ਨਹੀਂ ਆ, ਸਾਡਾ ਪੱਕੇ ਤੌਰ 'ਤੇ ਅਸੀਂ ਯਕੀਨ ਆ ਕਹਿ ਸਕਦੇ ਹਾਂ ਕਿ ਅਸੀਂ ਸੰਘਰਸ਼ ਜਿੱਤ ਕੇ ਇੱਥੋਂ ਜਾਵਾਂਗੇ। ਸਰਕਾਰ ਨੂੰ ਇਹੀ ਚਾਹੀਦਾ ਹੈ ਕਿ ਉਹ ਜਲਦੀ ਇਸ ਨੂੰ ਸਮਾਪਤ ਕਰ ਦੇਣ, ਨਹੀਂ ਤਾਂ ਅਦਰਵਾਈਜ਼ ਪਿੱਛੋਂ ਜਿਹੜੇ ਲੋਕ ਹੈ ਉਹ ਹੜ੍ਹ ਲੋਕਾਂ ਦਾ ਬਹੁਤ ਆ ਰਿਹਾ, ਸੰਘਰਸ਼ ਇਸ ਤੋਂ ਵੱਡਾ ਹੋਵੇਗਾ ਤਾਂ ਇਹਨਾਂ ਦੀ ਮਜਬੂਰੀ ਬਣ ਜਾਣੀ ਅਖੀਰ ਨੂੰ। ਸੋ ਸੰਘਰਸ਼ ਐਡਾ ਵੱਡਾ ਹੋਵੇ ਕਿ ਸੰਭਾਲਣਾ ਮੁਸ਼ਕਲ ਹੋ ਜਾਵੇ। ਸਰਕਾਰ ਨੂੰ ਚਾਹੀਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਹਨੂੰ ਕਿਤੇ ਸਿਰੇ ਲਾ ਦੇਣਾ ਚਾਹੀਦਾ। ਸਰਕਾਰ ਵੱਲੋਂ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਉਹਨਾਂ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਇਹਦਾ ਕਾਨੂੰਨ ਰੱਦ ਹੋਣਾ ਚਾਹੀਦਾ, ਪਰ ਸਰਕਾਰ ਅੜੀ ਹੈ ਕਿਤੇ ਨਾ ਕਿਤੇ ਜਿਹੜੀਆਂ ਮੰਗਾਂ ਜਿਹੜੀਆਂ ਕੁਛ ਨਾ ਕੁਛ ਇਹਦੇ ਵਿੱਚ ਸੋਧ ਕੀਤੀ ਜਾਵੇ। ਕੀ ਲੱਗਦਾ ਤੁਸੀਂ, ਸੰਤੁਸ਼ਟੀ ਹੋ ਸਕਦੀ ਹੈ ਕਿਸੇ ਗੱਲ 'ਤੇ? ਦੇਖੋ ਜਿੱਥੋਂ ਤੱਕ ਸੋਧਾਂ ਦਾ ਸਵਾਲ ਹੈ, ਜੇ ਸਾਡੀਆਂ ਜਥੇਬੰਦੀਆਂ ਜੋ ਵੀ ਪੁਆਇੰਟ ਕਿਸਾਨ ਦੇ ਵਿਰੁੱਧ ਹੈ ਉਹ ਸਾਰੇ ਪੁਆਇੰਟਾਂ 'ਤੇ ਡਿਸਕਸ ਕਰਕੇ ਇਹਨਾਂ ਨੂੰ ਸੋਧਾਂ ਬਾਰੇ ਦੱਸਦਾ ਹੈ। ਉਹ 26-27 ਸੋਧਾਂ ਨੇ ਦੱਸੀਆਂ। ਜੇ ਸੋਧਾਂ ਦੇ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਫਿਰ ਕਾਰਪੋਰੇਟਰ ਵਾਸਤੇ ਕੁਝ ਨਹੀਂ ਰਹਿ ਜਾਂਦਾ ਅਤੇ ਉਸ ਤੋਂ ਬਾਅਦ ਉਹਦਾ ਇਹੀ ਹੱਲ ਵਧੀਆ ਹੈ ਕਿ ਉਸ ਨੂੰ ਰੱਦ ਹੀ ਕਰ ਦੇਣ, ਕਿਉਂਕਿ ਜੇ ਸੋਧਾਂ ਕਰਦੀਆਂ ਤਾਂ ਸਾਰਾ ਜਿਹੜਾ ਆਰਡੀਨੈਂਸ ਹੈਗਾ ਉਹ ਕਿਸਾਨ ਪੱਕੀ ਹੋ ਜਾਣਾ। ਇਸ ਕਰਕੇ ਕਿਸਾਨ ਸਰਕਾਰ ਕੋਲ ਫਿਰ ਕੀ ਉਹਨਾਂ ਕਾਰਪੋਰੇਟਰ ਨੂੰ ਦੇਣ ਵਾਸਤੇ ਤਾਂ ਕੁਝ ਹੈ ਨਹੀਂ। ਇਸ ਕੇਸ ਤੋਂ ਵਧੀਆ ਇਹੀ ਹੈ ਕਿ ਉਹ ਰੱਦ ਕਰਕੇ ਇਸ ਨੂੰ ਜਿਹੜਾ ਅੰਦੋਲਨ ਨੂੰ ਖਤਮ ਕਰਨ। ਬਿੰਦਰ ਜੀ, ਕੀ ਲੱਗਦਾ ਹੁਣ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ 2.5 ਮਹੀਨੇ ਦੇ ਕਰੀਬ ਚੱਲਿਆ, ਹੁਣ ਪੰਜਾਬ ਦੀ ਜੇ ਸਥਿਤੀ ਦੀ ਗੱਲ ਕਰੀਏ, ਤੁਸੀਂ ਦਿੱਲੀ ਬੈਠੇ ਹੋ, ਅਸੀਂ ਦਿੱਲੀ ਬੈਠੇ ਹਾਂ, ਪੰਜਾਬ ਦੇ ਵਿੱਚ ਕਿਵੇਂ ਚੱਲ ਰਹੀ ਸਥਿਤੀ? ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦੇ ਵਿੱਚ ਇਸ ਉਤਸ਼ਾਹ ਬਣ ਗਿਆ। ਜਦੋਂ ਤੁਰੇ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਆ ਗਿਆ। ਆਵਾਜ਼ਾਂ ਦਿੱਤੀਆਂ ਜਾ ਰਹੀਆਂ, ਲਗਾਤਾਰ ਲਿਸਟਾਂ ਬਣਾਈਆਂ ਜਾ ਰਹੀਆਂ ਔਰ ਜਥੇ ਜਿਹੜੇ ਹੈਗੇ ਪਿੱਛੋਂ ਉਹ ਤੁਰ ਰਹੇ ਹੈਗੇ ਆ। ਕੋਈ ਪ੍ਰੋਬਲਮ ਜੋ ਇੱਥੇ ਲੋਕ ਬੈਠੇ ਆ ਉਹਨਾਂ ਦੇ ਜੋ ਪਿਛਲਾ ਖੇਤ ਹੈਗੇ ਜਾਂ ਕੰਮ ਕਾਰ ਹੈਗੇ ਆ ਉਹ ਫੋਨ 'ਤੇ ਪੁੱਛ ਕੇ ਉਹਨਾਂ ਤੋਂ ਸੰਭਾਲੇ ਜਾ ਰਹੇ ਆ। ਉਸ ਇੱਥੋਂ ਵਾਲੇ ਜੋ ਲੋਕ ਹੈਗੇ ਆ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਹੈ, ਪੱਕੇ ਤੌਰ 'ਤੇ ਜੰਮੇ ਰਹਿਣਗੇ। ਸੋ ਜਦ ਤੱਕ ਸੰਘਰਸ਼ ਚੱਲੇਗਾ ਕੋਈ ਮੇਰਾ ਵੀ ਘਟਣ ਵਾਲਾ ਕੰਮ ਨਹੀਂ, ਵਧੇਗਾ ਹੀ। ਜਿਨ੍ਹਾਂ ਲੋਕਾਂ ਨੂੰ ਵੀ ਭਾਰਤ ਸਰਕਾਰ ਵੱਲੋਂ ਕਿਤੇ ਨਾ ਕਿਤੇ ਜਿਹੜੇ ਪੁਰਸਕਾਰ ਮਿਲੇ ਆ ਉਹ ਵੀ ਵਾਪਸ ਕੀਤੇ ਜਾ ਰਹੇ ਆ, ਔਰ ਜਿਹੜਾ ਜਥੇਬੰਦੀਆਂ ਵੱਲੋਂ ਵੀ ਇੱਕ ਫੈਸਲਾ ਕੀਤਾ ਗਿਆ ਕਿ 8 ਤਰੀਕ ਨੂੰ ਪੂਰਾ ਭਾਰਤ ਬੰਦ ਰਹੇਗਾ। ਹਾਂ ਦੇਖੋ, ਜਿੱਥੋਂ ਤੱਕ ਕੁਛ ਸਿਆਸੀ ਲੋਕਾਂ ਦੇ ਵਾਪਸ ਕਰਨ ਦਾ ਕੋਈ ਜ਼ਿਆਦਾ ਅਸਰ ਨਹੀਂ ਹੋਣਾ ਸੀ ਕਿਉਂਕਿ ਉਹਨਾਂ ਦੀ ਸਿਆਸੀ ਗੱਲ ਹੁੰਦੀ ਹੈ। ਜਿੱਥੋਂ ਤੱਕ ਖਿਡਾਰੀਆਂ ਦਾ ਜਾਂ ਹੋਰ ਲੋਕਾਂ ਦਾ ਜੋ ਪੁਰਸਕਾਰ ਵਾਪਸ ਕਰ ਰਿਹਾ, ਇਸ ਦਾ ਬਹੁਤ ਵੱਡਾ ਜਿਹੜਾ ਅਸਰ ਹੁੰਦਾ ਹੈ। ਉਹ ਕਿਸਾਨ ਨੂੰ ਇਸ ਸੰਘਰਸ਼ ਨੂੰ ਬਹੁਤ ਵੱਡਾ ਉਹਦੇ ਨਾਲ ਬਲ ਮਿਲਣਾ ਹੈਗਾ। ਸੋ ਇਹ ਸਾਰਾ ਸੰਘਰਸ਼ ਜਿਹੜੇ ਸੰਘਰਸ਼ ਦੇ ਜਿਹੜਾ ਇਸ ਦੇ ਵਾਧੇ ਵਾਸਤੇ ਜਾਂ ਇਸ ਦੇ ਕਹਿ ਲਈਏ ਫਤਿਹ ਵਾਸਤੇ ਹੀ ਸਾਰਾ ਕੁਝ ਹੋ ਰਿਹਾ, ਤਾਂ ਹੀ ਹੌਸਲਾ ਜਿਹੜਾ ਸਾਡੇ ਲੋਕਾਂ ਦਾ, ਕਿਸਾਨਾਂ ਦਾ ਵੱਧ ਰਿਹਾ। ਕਿਉਂ
ਥੋੜ੍ਹਾ ਉਹ ਵੱਖਰਾ ਹੁੰਦਾ ਜੋ ਵੱਖਰਾ ਪਰ ਉਹ ਚੱਲ ਰਿਹਾ ਸੰਘਰਸ਼ ਕਮੇਟੀ ਪਰ ਹਰ ਇੱਕ ਦਾ ਮਕਸਦ ਹੈ ਅੱਜ ਦਾ ਇੱਕ ਹੈ ਕਿ ਸਾਡਾ ਜੋ ਆਰਡੀਨੈਂਸ ਰੱਦ ਹੋਣਾ ਚਾਹੀਦਾ ਕੋਈ ਵੀ ਜਥੇਬੰਦੀ ਪਾਸੇ ਨਹੀਂ ਹੋ ਸਕਦੀ ਕਿਉਂਕਿ ਲੋਕਾਂ ਦੇ ਵਿਰੋਧ ਦਾ ਸਾਹਮਣਾ ਪੈ ਕਰਨਾ ਪੈ ਸਕਦਾ ਜੋ ਵੀ ਸਾਡੀ ਜਥੇਬੰਦੀ ਪਾਸੇ ਹੋਵੇਗੀ ਕਿਉਂਕਿ ਸਾਰੀਆਂ ਜਥੇਬੰਦੀਆਂ ਸਮੁੱਚੇ ਦੇਸ਼ ਦੀਆਂ ਜਥੇਬੰਦੀਆਂ ਇਸ ਪਾਸੇ ਲੱਗੀਆਂ ਇਸ ਕਰਕੇ ਕੋਈ ਵੀ ਜਥੇਬੰਦੀ ਜੇ ਇਸ ਤੋਂ ਪਾਸਾ ਵੜਦੀ ਹੈ ਤਾਂ ਉਹਦਾ ਉਸ ਨਾਲ ਨੁਕਸਾਨ ਹੁੰਦਾ ਮੇਰਾ ਖਿਆਲ ਨਹੀਂ ਹੈ ਕੋਈ ਵੀ ਜਥੇਬੰਦੀ ਸਾਰੀਆਂ ਜਥੇਬੰਦੀਆਂ ਸੱਕ ਦੇ ਵਿੱਚ ਹੈ ਕਿ ਆਰਡੀਨੈਂਸ ਰੱਦ ਹੋਣਾ ਚਾਹੀਦਾ ਸਾਰੀਆਂ ਜਥੇਬੰਦੀਆਂ ਨਾਲ ਹੈ ਲਾਸਟ ਸਵਾਲ ਹੈ ਬਿੰਦਰ ਜੀ ਤੁਸੀਂ ਜਿਹੜਾ ਬਰਾੜੀ ਮੈਦਾਨ ਬਣਾਇਆ ਤੁਸੀਂ ਉਹਦੇ ਵਿੱਚ ਪਹੁੰਚ ਚੁੱਕੇ ਹੋ ਅਤੇ ਜਿਹੜੇ ਲੋਕ ਇੱਥੋਂ ਜੇ ਹੁਣ ਅੱਜ ਇੱਥੋਂ ਦੀ ਗੱਲ ਕਰੀਏ ਆਪਾਂ ਟਿੱਕਰੀ ਮੋਰਚੇ ਦੀ ਟਿੱਕਰੀ ਜਿਹੜਾ ਬਾਰਡਰ ਤੋਂ ਲੈ ਕੇ ਪਿੱਛੇ ਬਹਾਦਰਗੜ੍ਹ ਤੱਕ ਜਿਹੜਾ ਲੰਬਾ ਜਿਹੜਾ ਫਾਸਲਾ 20-25 ਕਿਲੋਮੀਟਰ ਜਿਹੜਾ ਜਾਮ ਲੱਗਿਆ ਕਿਵੇਂ ਲੱਗਦਾ ਬਰਾੜੀ ਦੇ ਵਿੱਚ ਜੇ ਜਾਵੜ ਦੇ ਸਾਰੇ ਲੋਕ ਕਿਤੇ ਨਾ ਕਿਤੇ ਸਰਕਾਰ ਨੂੰ ਹਿਲਣਾ ਸੀਗਾ ਕਿ ਜਿਹੜਾ ਹੁਣ ਜਿਹੜਾ ਬਾਹਰ ਲੋਕ ਬੈਠੇ ਆ ਇਸ ਕਰਕੇ ਸਰਕਾਰ ਦੇ ਕੰਮ 'ਤੇ ਜੂ ਸਰਕਾਰ ਨਹੀਂ ਉਹ ਸੰਕੇਤਕ ਸੀ ਅਸੀਂ ਜਾ ਕੇ ਬਰਾੜੀ ਦੇ ਵਿੱਚ ਇਹ ਕਹਿਤਾ ਸੀ ਅਸੀਂ ਵੀ ਬੋਲ ਦਿੱਤਾ ਸੀ ਕਿ ਇੱਥੇ ਬਰਾੜੀ ਦੇ ਵਿੱਚ ਆਉਣਾ ਗਲਤ ਹੈ ਇੱਥੇ ਨਹੀਂ ਆਉਣਾ ਚਾਹੀਦਾ ਅੱਜ ਤਾਂ ਸਰਕਾਰ ਨੂੰ ਦੱਸਣ ਵਾਸਤੇ ਉੱਥੇ ਬਰਾੜੀ ਦੇ ਵਿੱਚ ਗਏ ਸੀ ਸੰਕੇਤਕ ਲੋਕ ਕੁਝ ਲੋਕ ਗਏ ਸੀ ਕਿ ਅਸੀਂ ਜਿੱਥੇ ਕਹਿੰਦੇ ਅਸੀਂ ਪਹੁੰਚ ਜਾਂਦੇ ਅਸੀਂ ਲਾਸਟ 'ਤੇ ਸਾਰੇ ਬਾਰਡਰ ਤੋੜ ਕੇ ਅਸੀਂ ਬਰਾੜੀ ਵਿੱਚ ਪਹੁੰਚੇ ਹਾਂ ਬਾਕੀ ਜਿਹੜੀਆਂ ਸਾਡੇ ਸਾਰੀਆਂ ਜਥੇਬੰਦੀਆਂ ਬਾਰਡਰਾਂ 'ਤੇ ਹੈ ਬਾਰਡਰਾਂ 'ਤੇ ਜਦ ਤਕਲੀਫ ਹੋਵੇਗੀ ਸਰਕਾਰ ਨੂੰ ਫਿਰ ਹੀ ਸਾਡਾ ਮਸਲਾ ਹੱਲ ਹੋਣਾ ਸੋਚਦਾ ਇਸ ਸੰਕੇਤਕ ਤੌਰ 'ਤੇ ਵੀ ਅਸੀਂ ਪਹੁੰਚ ਸਕਦੇ ਜਿੱਥੇ ਕਹਿੰਦੇ ਇਸ ਕਰਕੇ ਉਹ ਸੰਕੇਤਕ ਲੋਕ ਅਸੀਂ ਉੱਥੇ ਬੈਠੇ ਹਾਂ ਬਾਕੀ ਲੋਕ ਸਾਡੇ ਜੋ ਬਾਰਡਰਾਂ 'ਤੇ ਹੀ ਰਹਿਣਗੇ ਇਸੇ ਤਰ੍ਹਾਂ ਹੀ ਸਾਡਾ ਸੰਘਰਸ਼ ਚੱਲੇਗਾ ਕਿਤੇ ਨਾ ਕਿਤੇ ਅੱਜ ਜਿਹੜੀ ਜ਼ਰੂਰ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਹੋਰ ਵੀ ਜਿਹੜੀ ਆਮ ਜਿਹੜੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਜਿਹੜਾ ਸੰਘਰਸ਼ ਜਿਹੜਾ ਸਮਾਪਤ ਹੋ ਸਕਦਾ ਗੱਲਬਾਤ ਕਿਤੇ ਨਾ ਕਿਤੇ ਜਿਹੜੀ ਹੱਲ ਹੋ ਸਕਦੀ ਹੈ ਜੇ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੰਨਦੇ ਹੋ ਜਿਹੜਾ ਹੁਣ ਤੱਕ ਜਿਹੜਾ ਹਰ ਵਰਗ ਦਾ ਹਰ ਕਿਸਾਨ ਦਾ ਤੁਹਾਡੇ ਨਾਲ ਸਾਥ ਰਿਹਾ ਰਹੂਗਾ ਇਸ ਤੋਂ ਇਹ ਸਾਬਤ ਹੁੰਦਾ ਕਿ ਸੰਘਰਸ਼ ਸਮਾਪਤ ਹੋਣ ਵਾਲਾ ਨਹੀਂ ਜੇ ਅੱਜ ਫੈਸਲਾ ਨਹੀਂ ਹੁੰਦਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਲੋਕਾਂ ਨੇ ਅੱਜ ਪਿੱਛੇ ਹਟ ਜਾਣਾ ਸੰਘਰਸ਼ ਹੋਰ ਵਧਣਾ ਲੋਕ ਇਸ ਧਾਰੀ ਬੈਠੇ ਨੇ ਇਹ ਗੱਲ ਰਾਸ਼ਨ ਪਾਣੀ ਕੋਲੇ ਔਰ ਦਿੱਲੀ ਦੇ ਲੋਕ ਔਰ ਹਰਿਆਣੇ ਦੇ ਲੋਕ ਜਿਹੜਾ ਹੈ ਬਹੁਤ ਵੱਡੀ ਮਦਦ ਕਰ ਰਹੇ ਨੇ ਖਾਣੇ ਪਾਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆ ਰਹੀ ਇਸ ਕਰਕੇ ਪੱਕੇ ਮੋਰਚੇ ਲੱਗ ਗਏ ਆ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਔਰ ਅੱਜ ਦੇ ਜੋ ਫੈਸਲੇ ਜੋ ਮੀਟਿੰਗ ਚੱਲ ਰਹੀ ਹੈ ਇਸ ਪਾਸੇ ਇਸ ਵਿੱਚ ਨਿਬੇੜ ਦੇਣਾ ਚਾਹੀਦਾ ਅੱਜ ਦਾ ਸੰਘਰਸ਼ ਤਾਂ ਜੋ ਲੋਕ ਆਪਣੇ ਘਰੋਂ ਘਰੀ ਜਾਣ ਲੋਕ ਵੀ ਸੌਖੇ ਹੋਣ ਔਰ ਸਰਕਾਰ ਵੀ ਸੌਖੀ ਹੋਵੇ ਔਰ ਸਾਰਾ ਕੰਮ ਠੀਕ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਤਾਂ ਜਿਹੜਾ ਇਹ ਸਨ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀ ਜੇਕਰ ਗੱਲ ਕਰੀਏ ਤਾਂ ਪੂਰਾ ਜਿਹੜਾ ਸਹਿਯੋਗ ਉਹਨਾਂ ਨੂੰ ਮਿਲ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਮੀਟਿੰਗ ਚੱਲਦੀ ਜੇ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ ਤਾਂ ਜੇਕਰ ਹਰਿਆਣੇ ਦੇ ਲੋਕਾਂ ਦੀ ਦਿੱਲੀ ਦੇ ਲੋਕਾਂ ਦੀ ਗੱਲ ਕਰੀਏ ਤਾਂ ਪੂਰਾ ਉਹਨਾਂ ਦੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਉਹਨਾਂ ਦੀ ਪੂਰਤੀ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਜਿਹੜਾ ਲਗਾਤਾਰ ਲੋਕ ਹੈ ਹੁਣ ਵੀ ਜਿਹੜਾ ਪੰਜਾਬ ਦੇ ਵਿੱਚੋਂ ਦਿੱਲੀ ਨੂੰ ਕੂਚ ਕਰ ਰਹੇ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਕੂਚ ਕਰਨਗੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਕਿਤੇ ਨਾ ਕਿਤੇ ਜਿਹੜਾ ਇਹ ਜਿਹੜਾ ਅੰਦੋਲਨ ਲਗਾਤਾਰ ਜਿਹੜਾ ਚੱਲ ਰਿਹਾ ਇਸ ਦੀ ਸਮਾਪਤੀ ਹੁੰਦੀ ਹੈ ਜਾਂ ਨਹੀਂ ਟਿੱਕਰੀ ਬਾਰਡਰ ਦਿੱਲੀ ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਜੀਤ ਰਮਾਣਾ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ